हेलो, थोड़ा दसो ना, थोड़ा दसो दसो। अपने याद याद कराओ ना। ओ मैं खुशी में मजा आप कट्ठे रल के पढ़े हैं। हाँ दसो ना, होर जी, दसो, ये होर दसो। अपने साथी थे, अशरफ सिगा नंबरदार दा, सरदार दा पुत्र अशरफ, अपना मिनिस्टर हुंदा सिगा। हाँ जी, याद आउंदी है। अपना मिनिस्टर जिहड़ा सिगा ओ मोहम्मद अशरफ सरदार दा पुत्र सुंदर के दा। अच्छी अच्छी ओ अच्छी सिगा अपना कर मिनिस्टर सुंदर के सरदार दा पुत्र। हाँ जी, ते एक ओ हुंदा सिगा निक्कू, जिहनूं हमीद नां सिगा, ओ डाका न्याणे दा। हाँ जी हाँ जी हाँ जी, ते एक ओ रशीद सी बलोलपुरी दा ठीडा। ओ नहीं, वो दुनिया तो सबर कर गया, दुनिया तो वो हमीद भी कर गया, निकू जी ने कहते जी, थे, और सत्तर साल बाद अशीज भी दो सबर कर गया, दोस्त आपस में अशरफ गल भी कर सर रहे सबर हैं, कर गया। यानी कि आफ्टर 70 ईयर्स ऑफ ये पार्टीशन सवर्ण सिंह टू सिगा जिहड़ा चाइल्डहुड चरण सिंह फ्रेंड्स दा आर पुत टॉकिंग टू सिगा, ईच अदर। ओ सरखाना और काम कर सर जांदे सिगे। हेलो, हाँ जी याद है ना। हाँ जी, ओ सवर्ण सिंह ਉਹ ਵੀ ਆਪਣਾ ਕਲਾਸ ਫੈਲੋ ਸੀਗਾ, ਅਤੇ ਆਪਾਂ ਰਲ ਕੇ ਇਕੱਠੇ ਪੜ੍ਹੇ ਹਾਂ। ਮੈਂ ਤਾਂ ਫਿਰ ਅੱਗੇ ਚਲਾ ਗਿਆ ਸੀ। ਹਾਂ ਜੀ, ਮੈਂ ਤਾਂ ਫਿਰ ਅੱਗੇ ਚਲਾ ਗਿਆ ਮਰੂਤੀਪੁਰ, ਅਤੇ ਮਰੂਤੀਪੁਰ ਤੋਂ ਹੋ ਕੇ ਤਾਂ ਫਿਰ। ਹਾਂ ਜੀ ਹੈਲੋ ਰੋਸ਼ਨੀ ਛੱਡ ਹੈਲੋ, ਇੱਕ ਵਾਰ ਆ ਜਾਓ ਅੰਦਰ, ਆਵਾਜ਼ ਨਹੀਂ ਆਉਂਦੀ, ਵੱਡ ਵੱਡ ਘਟਾਉਣ ਲੱਗ ਪੈਣੀ, ਕੀ ਵਜ੍ਹਾ ਹੈ? ਉਹ ਮਗਾ ਵਕਤ ਯਾਦ ਆਉਂਦਾ, ਪਿਛਲਾ ਬਚਪਨ ਦਾ ਵਕਤ ਯਾਦ ਆਈ ਆ, ਅਤੇ ਉਹ ਸਾਥੀ ਮਿਲੇ ਆ, ਮੇਰਾ ਬੜਾ ਦਿਲ ਖੁਸ਼ ਹੋਇਆ, ਬੜਾ ਦਿਲ ਖੁਸ਼ ਹੋਇਆ, ਦਿਲ ਬਾਗ ਬਾਗ ਹੋ ਗਿਆ ਇਹਨਾਂ ਨੂੰ ਦੇਖ ਕੇ, ਅਤੇ ਇੰਨਾ ਦਿਲ ਖੁਸ਼ ਹੋਇਆ ਕਿ ਮੇਰੇ ਸਾਥੀ ਦੇ ਨਾਲ ਗੱਲ ਕਰਾਤੀ ਆ, ਅਸੀਂ ਆਪਾਂ ਕਲਾਸ ਪਹਿਲੋਂ ਇਕੱਠੇ ਪੜ੍ਹੇ ਹਾਂ, ਇਕੱਠੇ ਪੜ੍ਹੇ ਹਾਂ। ਹਾਂ ਜੀ ਅਖਤਰ, ਹਾਂ ਜੀ ਯਾਦ ਆ ਮੈਨੂੰ, ਚੀਚੇ ਦਾ ਮੁੰਡਾ ਅਖਤਰ ਸੀ, ਅਤੇ ਅਮੀਰ ਜੀ ਪਟਵਾਰੀ ਦਾ ਮੁੰਡਾ ਅਕਰਮ ਸੀ। ਚਿਸ਼ਤੀ ਦਾ ਮੁੰਡਾ ਅਖਤਰ ਸੀ, ਮਾਸਟਰ ਚਿਸ਼ਤੀ, ਗੁਲਾਮ ਮੁਹੰਮਦ ਉਹਦਾ ਨਾਂ ਸੀ, ਚਿਸ਼ਤੀ ਕਹਿੰਦੇ ਸੀ, ਉਹਦਾ ਪੁੱਤ ਸੀ ਅਖਤਰ, ਅਤੇ ਉਹ ਇਕੱਠੇ। ਹਾਂ ਜੀ ਹੈਲੋ, ਕੱਟਿਆ ਤਾਂ ਨਹੀਂ ਕਰਦੇ ਮੈਨੂੰ ਦਿਓ ਚਾਚਾ ਜੀ, ਉਹਦਾ ਚੱਲਦਾ ਫੇਸ ਟਾਈਮ ਵਗੈਰਾ ਚੱਲਦਾ ਚਾਚਾ ਜੀ, ਚਾਚਾ ਜੀ ਉਹ ਸਿੱਧੇ ਉਹ ਜਸਦੀਪ ਦੇ ਫੋਨ ਤੇ ਗੱਲ ਕਰਾਓ, ਉਹ ਲਓ ਜਰਾ, ਉਹਦਾ ਦੇਖੋ ਫੇਸ ਟਾਈਮ ਹੁੰਦਾ ਨਹੀਂ, ਜਸਦੀਪ ਦੇ ਫੋਨ ਦੇ ਉੱਤੇ ਉਹ ਫੋਨ ਫੜੋ ਤੇ ਮੈਂ ਤੁਹਾਡੀ ਫੇਸ ਟਾਈਮ ਕਰਾਉਣਾ ਆ। ਨਹੀਂ ਨਹੀਂ ਖਾਣਾ ਪੀਣਾ ਦੀ ਕੋਈ ਨੀ, ਸਭ ਕੁਛ ਖਾਧਾ ਪੀਤਾ ਗਿਆ, ਤੁਹਾਡੀ ਗੱਲ ਹੋ ਗਈ, ਸਾਡਾ ਹੱਕ ਆ ਤੁਹਾਡੀ ਖਿਦਮਤ ਕਰਨੀ, ਜਿੱਥੋਂ ਤੱਕ ਹੋ ਸਕੇ ਅਸੀਂ ਖਿਦਮਤ ਕਰਨੀ, ਸਾਡੇ ਮਹਿਮਾਨ ਆ, ਅਸੀਂ ਮੇਜ਼ਬਾਨ, ਅਸੀਂ ਤੁਹਾਡੀ ਖਿਦਮਤ ਹਰ ਤਰੀਕੇ ਨਾਲ ਹਰ ਲਿਹਾਜ਼ ਨਾਲ। ਐਟਲੀਸਟ ਜੀ ਅਸੀਂ ਉਸ ਜਗ੍ਹਾ ਤੇ ਪਹੁੰਚੇ ਔਰ ਉਹ ਕਲੂਸ ਮਿਲ ਗਏ, ਪ੍ਰਾਇਮਰੀ ਸੋਰਸ ਜਿਹੜੇ ਨੇ, ਸੈਕੰਡਰੀ ਸੋਰਸਿਸ ਜਿਹੜੇ ਨੇ ਹਿਸਟਰੀ ਦੇ, ਉਹ ਮਿਲਣਾ ਸ਼ੁਰੂ ਹੋ ਗਏ। ਪੂਰੇ ਦਿਨ ਦੀ ਮਿਹਨਤ ਤੋਂ ਬਾਅਦ ਜਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕਿ ਐਟਲੀਸਟ ਅਸੀਂ ਉਹਨਾਂ ਜਗ੍ਹਾ ਦੇ ਉੱਤੇ ਪਹੁੰਚੇ ਹਾਂ ਜਿਹਦੀ ਅਸੀਂ ਤਮੰਨਾ ਕਰ ਰਹੇ ਸੀ, ਜਿਨ੍ਹਾਂ ਦਾ ਸਾਨੂੰ ਉਮੀਦ ਸੀ ਕਿ ਅਸੀਂ ਉਸ ਜਗ੍ਹਾ ਦੇ ਉੱਤੇ ਜਾਵਾਂਗੇ, ਔਰ ਸਾਨੂੰ ਹਮੇਸ਼ਾ ਦੀ ਤਰ੍ਹਾਂ, ਖੈਰ ਦੈਟਸ ਨੋਟ ਨਿਊ ਫੋਰ ਮੀ, ਮੇਰੇ ਲਈ ਤਾਂ ਨਵਾਂ ਨਹੀਂ ਹੈ, ਲੇਕਿਨ ਹਰ ਉਸ ਬੰਦੇ ਵਾਸਤੇ ਜਿਨ੍ਹਾਂ ਦੇ ਪੁਰਖਾਂ ਦੀ ਗੱਲ ਹੁੰਦੀ ਹੈ ਜਾਂ ਜਿਨ੍ਹਾਂ ਦੇ ਵੱਡਿਆਂ ਦੀ ਗੱਲ ਹੁੰਦੀ ਹੈ, ਉਹਨਾਂ ਵਾਸਤੇ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਔਰ ਉਹਨਾਂ ਵਾਸਤੇ ਬਿਲਕੁਲ ਨਿਊ ਵੀ ਹੁੰਦੀ ਹੈ ਇਹ ਚੀਜ਼।
ਔਰ ਮੈਂ ਕਹਾਂਗਾ ਕਿ ਦੈਟਸ ਵੈਰੀ ਇਮੋਸ਼ਨਲ ਹਰ ਟਾਈਮ ਜਿਹੜਾ ਬਹੁਤ ਜਜ਼ਬਾਤੀ ਹੁੰਦਾ ਇਹ ਵਾਲਾ ਮਾਮਲਾ ਔਰ ਮੇਰੇ ਲਈ ਵੀ ਥੋੜ੍ਹਾ ਜਿਹਾ ਔਖਾ ਹੁੰਦਾ ਲੇਕਿਨ ਮੈਂ ਕਹਾਂਗਾ ਕਿ ਅਸੀਂ ਅਗਰ ਹਰ ਬੰਦਾ ਕੋਸ਼ਿਸ਼ ਕਰੇ ਨਫ਼ਰਤਾਂ ਘਟਾਉਣ ਦੀ ਪਿਆਰ ਨੂੰ ਵਧਾਉਣ ਦੀ ਜਿਵੇਂ ਕਿ ਮੈਨੂੰ ਟਰਾਈ ਟਾਈਮ ਗੋਲਡ ਮੈਡਲ ਮਿਲਿਆ ਟਰਾਈ ਟਾਈਮ ਮੈਨੂੰ ਅਮਨ ਕੇ ਸਫੀਰ ਦਾ ਅਵਾਰਡ ਮਿਲਿਆ ਤਾਂ ਮੈਂ ਕਹਾਂਗਾ ਕਿ ਮੇਰੇ ਲਈ ਬਹੁਤ ਵੱਡੀ ਖੁਸ਼ਨਸੀਬੀ ਸੀ ਖੁਸ਼ਬਖਤੀ ਸੀ ਔਰ ਉਹ ਕੀ ਕਾਰਨ ਸੀ ਕੁਝ ਲੋਕਾਂ ਨੇ ਕਿਹਾ ਕਿ ਤੁਸੀਂ ਕੀ ਕੀਤਾ ਸੀ ਕਿ ਕਾਹਦੇ 'ਤੇ ਤੁਹਾਨੂੰ ਇਹ ਸਾਰਾ ਕੁਛ ਮਿਲ ਰਿਹਾ ਸੀ ਅਤੇ ਮੈਨੂੰ ਇੱਥੋਂ ਮੈਨੂੰ ਮਿਲ ਰਿਹਾ ਸੀ ਮੈਨੂੰ ਮਲੇਸ਼ੀਆ ਤੋਂ ਮੈਨੂੰ ਆਸਟ੍ਰੇਲੀਆ ਤੋਂ ਮੈਨੂੰ ਅਮੈਰੀਕਾ ਤੋਂ ਜਿਹੜੇ ਅਵਾਰਡਸ ਮਿਲੇ ਸਨ ਜਾਂ ਗੋਲਡ ਮੈਡਲ ਮਿਲੇ ਸਨ ਉਹ ਸਿਰਫ ਇਸ ਵਜ੍ਹਾ ਨਾਲ ਮਿਲੇ ਸਨ ਇੰਟਰ ਫੇਥ ਹਾਰਮਨੀ ਔਰ ਮੁਹੱਬਤਾਂ ਦਾ ਮੀਨ ਮੁਹੱਬਤਾਂ ਦਾ ਸਫ਼ਰ ਔਰ ਨਫ਼ਰਤਾਂ ਮਿਟਾਓ ਪਿਆਰ ਵਧਾਓ ਕੋਸ਼ਿਸ਼ ਕਰ ਰਹੇ ਹਾਂ ਦੁਬਾਰਾ ਤੋਂ ਅਸੀਂ ਕੰਟੈਕਟ ਕਰ ਰਹੇ ਹਾਂ USA ਅਗਰ ਉੱਥੇ ਗੱਲ ਹੋ ਜਾਂਦੀ ਹੈ ਦੁਬਾਰਾ ਤੋਂ ਅਸੀਂ ਤੁਹਾਨੂੰ ਦੱਸਦੇ ਹਾਂ ਹਾਂਜੀ ਗੱਲ ਕਰੋ ਚਾਚੇ ਭੇਜੋ ਸਰ ਹੈਲੋ ਜੀ ਸਰਕਾਰ ਆਵਾਜ਼ ਕੱਟ ਕੱਟ ਕੇ ਆਉਂਦੀ ਕੀ ਵਜ੍ਹਾ ਆ ਹੈਲੋ ਚਾਚਾ ਜੀ ਮੈਂ ਨਾ ਜਸਦੀਪ ਮੈਂ ਨਾ ਤੈਨੂੰ ਨੰਬਰ ਭੇਜ ਰਿਹਾ ਇੱਥੇ ਪਾਕਿਸਤਾਨ ਦਾ ਤੇ ਉੱਥੇ ਕਾਲ ਕਰ ਰਿਹਾ ਹੈ ਨੰਬਰ ਤੈਨੂੰ ਮੈਂ ਕਰ ਰਿਹਾ ਵਟਸਐਪ ਕਰ ਰਿਹਾ ਬੇਟਾ ਇੱਥੇ ਬੈਠੋ ਯਹਾਂ ਪਰ ਬੈਠੋ ਇੱਥੇ ਫਾਰਸੀ ਉਹਨਾਂ ਨੂੰ ਨੀ ਆਉਂਦੀ ਸਮਝ ਨੀ ਆਏਗੀ ਫਾਰਸੀ ਦੀ ਅੱਛਾ ਤੁਸੀਂ ਫਾਰਸੀ ਪੜ੍ਹੇ ਹੋ ਗੋਸਤਾਨੇ ਸਾਜੀ ਗੁਲਸਤਾਨੇ ਸਾਜੀ ਦਰਸ ਦਾਰੁਲ ਉਲੂਮ ਰੱਬਾਨੀਆ ਚ ਪੜ੍ਹੀ ਬੋਸਤਾਨੇ ਸਾਜੀ ਗੁਲਸਤਾਨੇ ਸਾਜੀ ਦਰਸ ਦਾਰੁਲ ਉਲੂਮ ਰੱਬਾਨੀਆ ਚ ਕਿਹੜੇ ਸੰਦ ਚ ਇਹ ਸੰ 47 ਤੋਂ ਪਹਿਲੇ ਪੜ੍ਹੀ ਆ ਸੰ 47 ਤੋਂ ਪਹਿਲੇ ਪੜ੍ਹੀ ਆ ਇਹ ਸੜਕ ਜਿਹੜੀ ਹੈ ਬਣੀ ਹੈ ਬਾਅਦ ਚ ਬਣੀ ਅੰਗਰੇਜ਼ ਨੇ ਜਦੋਂ ਸੜਕ ਦਾ ਸਰਵਾ ਕੀਤਾ ਮੈਂ ਦਰਸ ਚ ਪੜ੍ਹਦਾ ਸੀ ਤੁਸੀਂ ਮਾਸ਼ਾਅੱਲਾ ਤੁਹਾਡੀ ਦੂਜੀ ਦੁਨਿਆਵੀ ਤਲੀਮ ਕਿੰਨੀ ਹੈ ਦੁਨਿਆਵੀ ਤਲੀਮ ਜਿਹੜੀ ਹੈ ਉਹ ਕਾਫੀ ਆ ਦੂਸਰੀ ਤਲੀਮ ਜਿਹੜੀ ਸੀ ਅੰਗਰੇਜ਼ੀ ਤੋਂ ਡਰਦਾ ਭੱਜ ਗਿਆ ਸੀ ਦੀਨੀ ਤਾਲੀਮ ਪੜ੍ਹੀ ਆ ਫਿਕਾ ਪੜ੍ਹੀ ਆ ਹਦੀਸ ਪੜ੍ਹੀ ਆ ਤਫਸੀਰ ਪੜ੍ਹੀ ਆ ਤੇ ਉਹਨਾਂ ਦਾ ਤਰਜਮਾ ਕੀਤਾ ਬੋਸਤਾਂ ਨੇ ਸਾਧੀ ਗੁਲਸਤਾਂ ਨੇ ਸਾਧੀ ਤੇ ਉਹ ਨਸ ਹਦੀਸ ਮਾਰਫਲ ਹਦੀਸ ਜਾਣੀ ਕਿ ਨਾਜ਼ਰ ਪੜ੍ਹੀਆਂ ਸਾਰੀਆਂ ਇਹ ਗੱਲ ਹੋ ਰਹੀ ਹੈ ਜੀ ਤਮਾਮ ਰਿਲੀਜੀਅਸ ਵਾਈਜ਼ ਇਸਲਾਮਿਕ ਜਿਹੜੀ ਐਜੂਕੇਸ਼ਨ ਹੈ ਉਹਦੀ ਗੱਲ ਕਰ ਰਹੇ ਨੇ ਫਿਕਾ ਦੀ ਫਲਸਫਾ ਦੀ ਔਰ ਅਮੇਜ਼ਿੰਗ ਮੈਂ ਕਹਾਂਗਾ ਕਿ ਇਹ ਉਹ ਗੱਲਾਂ ਨੇ ਜਿਹੜੀਆਂ ਕਿ ਜਿਹਦੀ ਬੇਸਿਕ ਸਾਨੂੰ ਸਿਰਫ ਮਾਸਟਰ ਹਿਸਟਰੀ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਔਰ ਇਹ ਦੱਸ ਰਹੇ ਨੇ ਕਿ 47 ਤੋਂ ਪਹਿਲੇ ਅਖੰਡ ਪੰਜਾਬ ਦੇ ਵਕਤ ਦੇ ਵਿੱਚ ਇਹਨਾਂ ਨੇ ਉਹ ਸਾਰਾ ਕੁਛ ਪੜ੍ਹਿਆ ਔਰ ਅਮੇਜ਼ਿੰਗ ਇਹਨਾਂ ਦੇ ਜਿਹੜੇ ਉਹ ਉਸਤਾਦਾਂ ਦੇ ਨਾਮ ਲੈ ਰਹੇ ਨੇ ਉਹ ਕਿਤਾਬਾਂ ਦੇ ਵਿੱਚ ਅੱਜ ਪੜ੍ਹਨ ਨੂੰ ਮਿਲਦੇ ਨੇ ਉਹਨਾਂ ਦੇ ਨਾਮ ਔਰ ਫਿਕਾ ਫਲਸਫਾ ਔਰ ਮੈਂ ਕਹਾਂਗਾ ਕਿ ਇਸਲਾਮਿਕ ਸਟੱਡੀਜ਼ ਦੀ ਜਿਹੜੀ ਉਹ ਰਿਸਰਚ ਹੈ ਔਰ ਸਾਇ ਸਿੱਤਾ ਦੀਆਂ ਕਿਤਾਬਾਂ ਦੇ ਮਤਲਬ ਦੱਸ ਰਹੇ ਨੇ ਕੁਛ ਪਰਸ਼ੀਅਨ ਟੈਕਸਟ ਦੇ ਬਾਰੇ ਦੱਸ ਰਹੇ ਨੇ ਮੈਂ ਕਹਿ ਰਿਹਾ ਕਿ ਜਿਹੜੀਆਂ ਕਿ ਅੱਜ ਦੀ ਪੀੜ੍ਹੀ ਨੂੰ ਸ਼ਾਇਦ ਘੱਟ ਹੀ ਪਤਾ ਹੋਏਗਾ ਕੁਛ ਜਿਹੜੇ ਮੁਫਤੀ ਹਜ਼ਰਾਤ ਨੇ ਸ਼ਾਇਦ ਸ਼ੇਖੁਲ ਇਸਲਾਮ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਇਹਨਾਂ ਗੱਲਾਂ ਦਾ ਬਾਕੀ ਆਮ ਬੰਦੇ ਦੀ ਸਮਝ ਤੋਂ ਬਾਲਾ ਤਾਰਾ ਹਾਂਜੀ ਵੀਰ ਜੀ ਅਸੀਂ ਲਾਈਵ ਹਾਂ ਇਸ ਵੇਲੇ ਸਾਡੇ ਕਾਫੀ ਮਿੱਤਰ ਪਿਆਰੇ ਜਿਹੜੇ ਨੇ ਉਹ ਔਨਲਾਈਨ ਨੇ ਔਰ ਤੁਹਾਡਾ ਸੁਣਨਾ ਚਾਹੁੰਦੇ ਨੇ ਤੁਹਾਡੀ ਵਰਡਿੰਗ ਕਿ ਕਿੱਦਾਂ ਦਾ ਲੱਗ ਰਿਹਾ ਤੁਸੀਂ ਇਹ ਸਾਰੇ ਪੰਡਾਲ ਪੂਰੀ ਜਿਹੜੀ ਹੈ ਦੋਸਤਾਂ ਦੀ ਸਾਰਿਆਂ ਦੀ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਪਿੰਡ ਦੇ ਵਿੱਚ ਉਹ ਸਭ ਲੋਕ ਆਏ ਨੇ ਇਕੱਠੇ ਹੋਏ ਨੇ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਇੱਕ ਦੁਬਾਰਾ
ਦੁਬਾਦਾ ਆਪਣੀ ਮਿੱਟੀ ਦੇ ਨਾਲ ਜੁੜ ਕੇ ਖਿਲਾਕ ਦੇ ਮਤਲਬ ਦੱਸੋ ਵੀ ਕੀ ਆ ਸਾਡਾ ਖਿਲਾਕ ਕਰੋ ਗੱਲ। ਹੈਲੋ, ਕੌਣ ਜਵਾਨ ਬੋਲਦਾ? ਕੌਣ ਜਵਾਨ, ਕੀ ਇਸਮ ਤੁਹਾਡਾ? ਇਸਮੇ ਗ੍ਰਾਮੀ ਕੀ ਆ ਤੁਹਾਡਾ? ਕੌਣ? ਹਾਂਜੀ, ਇਸਮੇ ਗ੍ਰਾਮੀ ਮੀਨ ਤੁਹਾਡਾ ਨਾਂ ਕੀ ਹੈ? ਮੈਂ ਕਿਹਾ ਤੁਹਾਡਾ ਨਾਂ ਕੀ ਆ ਪੰਜਾਬੀ? ਵਧੀਆ ਜੀ ਇੰਦਰਵੀਰ ਜੀ, ਸਦਕੇ ਜਾਵਾਂ ਜੀ ਕੁਲਵਿੰਦਰਵੀਰ ਜੀ, ਮੈਂ ਠੀਕ ਹਾਂ। ਮੇਰਾ ਪੁਰਾਣਾ ਦੋਸਤ ਇਨਕਲਾਬ ਤੋਂ ਪਹਿਲੇ ਆਪਾਂ ਇਕੱਠੇ ਪੜ੍ਹੇ। ਉਹ ਯਾਦ ਆ ਵਕਤ ਤੁਹਾਨੂੰ? ਹਾਂਜੀ ਹਾਂ, ਉਹ ਤੁਹਾਨੂੰ ਯਾਦ ਸੀ? ਅਤੇ ਇੱਕ ਰਸ਼ੀਦ ਸੀਗਾ, ਇੱਕ ਹਮੀਦ ਸੀਗਾ, ਇੱਕ ਮੈਂ ਸੀ, ਖੁਸ਼ੀ ਮੁਹੰਮਦ, ਆਪਣੇ ਨਾਲ ਕਾਫੀ ਸਾਥੀ ਹੋਰ ਸੀਗੇ। ਇੱਕ ਸਵਰਨ ਸਿੰਘ ਸੀਗਾ, ਉਹ ਤੇਰੀ ਬਰਾਦਰੀ ਦਾ ਜਿਹੜੀ ਲੁਹਾਰਾ ਕੰਮ ਕਰ ਜਾਂਦੇ ਤਰਖਾਣਾ, ਉਹਨਾਂ ਦਾ ਮੁੰਡਾ ਸਵਰਨ ਸਿੰਘ ਸੀ ਉਹਦਾ ਨਾਂ। ਹਾਂ, ਉਹ ਯਾਦ ਭੁੱਲ ਜਾਂਦੀ ਹੈ ਨਾ, ਉਹ ਦੇਖੋ ਜੀ ਉਹ ਯਾਦ ਭੁੱਲ ਜਾਂਦੀ ਆ। ਕਾਫੀ ਦੇਰ ਹੋ ਗਈ, ਕੁਝ ਥੋੜ੍ਹਾ ਤਾਂ ਨਹੀਂ ਹੋ ਗਿਆ, ਕਾਫੀ ਹਫ਼ਤਾ ਹੋ ਗਿਆ, ਅਤੇ ਯਾਦ ਭੁੱਲ ਜਾਂਦੀ। ਹਾਂਜੀ ਹਾਂਜੀ, ਉਮਰ ਲੰਘ ਗਈ। ਅੱਜ ਆ ਦੋਸਤ ਮੇਰੇ ਕੋਲ ਬੈਠੇ, ਇਹਨਾਂ ਦੇ ਵਿੱਚ ਬੈਠ ਕੇ ਮੇਰਾ ਬੜਾ ਦਿਲ ਖੁਸ਼ ਹੋਇਆ, ਬਹੁਤ ਖੁਸ਼ ਹੋਇਆ। ਇਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ, ਤੁਹਾਡਾ ਹਵਾਲਾ ਦਿੱਤਾ, ਮੈਂ ਆਪਣਾ ਇਹਨਾਂ ਨੂੰ ਦਿੱਤਾ, ਅਤੇ ਬਹੁਤ ਦਿਲ ਖੁਸ਼ ਹੋਇਆ ਮੇਰਾ। ਹਾਂਜੀ, ਹੁਣ ਤੁਸੀਂ ਸੁਣਾਓ, ਤੁਹਾਡੀ ਸਿਹਤ ਕਿੱਦਾਂ ਵਾ? ਬੁੱਢੇ ਤਾਂ ਆਪਾਂ ਹੁਣ ਹੋਣਾ ਹੀ ਹੋਣਾ ਵਾ ਬੁੱਢੇ, ਅਜੇ ਮੈਂ ਮਾਸ਼ਾਅੱਲਾ ਉਮਰ ਦੇ ਲਿਆ ਦੇਣਾ, ਮੈਂ ਬਿਲਕੁਲ ਸਹੀ ਹਾਂ, ਉਮਰ ਦੇ ਲਿਆ ਦੇਣਾ। ਮੈਂ ਅਜੇ ਆਪਣੇ ਮੁਰੱਬੇ ਚਲਾ ਜਾਂਦਾ, ਆ ਜਾਂਦਾ, ਕੋਈ 10-15-20 ਸਿਰ ਚਾਰਾ ਪਸ਼ੂਆਂ ਲਈ ਉਹ ਵੀ ਲੈ ਆਉਣਾ। ਆਪਣੀ ਸਿਹਤ ਬਦਲੇ ਇਹ ਕੰਮ ਕਰਦਾ, ਵੈਸੇ ਬੱਚੇ ਆ ਉਹ ਮੈਨੂੰ ਕਰਨ ਨਹੀਂ ਦਿੰਦੇ, ਅਤੇ ਮੈਂ ਆਪਣੀ ਸਿਹਤ ਬਦਲੇ ਕਿ ਮੈਂ ਚੱਲਦਾ ਫਿਰਦਾ ਰਹਿ ਜਾਊਂ। ਹਾਂਜੀ, ਹੋਰ ਜੀ? ਬਿਲਕੁਲ ਇੰਦਰਜੀਤ ਵੀਰ ਜੀ, ਮੇਰਾ ਵੀ ਇਸੇ ਤਰ੍ਹਾਂ ਹੀ ਫੀਲਿੰਗ ਹੁੰਦੀ ਹੈ। ਉਸ ਵੇਲੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਥਰਡ ਟਾਈਮ ਹੈ, ਫਸਟ ਟਾਈਮ ਮੈਂ ਮੈਲਬਰਨ ਆਸਟ੍ਰੇਲੀਆ ਤੋਂ। ਉਹ ਜ਼ਮਾਨਾ ਜਿਹੜਾ ਗੁਜ਼ਰ ਗਿਆ ਇੰਡੀਆ ਤੋਂ, ਉਹ ਵਕਤ ਮੁੜ ਕੇ ਵਾਪਸ ਨਹੀਂ ਆਉਣਾ, ਲੇਕਿਨ ਯਾਦਾਂ ਨਹੀਂ ਭੁੱਲਦੀਆਂ। ਯਾਦਾਂ ਜਿਹੜੀਆਂ ਉਹ ਦਿਮਾਗ ਦੇ ਵਿੱਚ ਮੁੰਡਲਾ ਰਹੀਆਂ, ਫਿਰ ਰਹੀਆਂ। ਹਾਂਜੀ, ਨਹੀਂ ਅਮੈਰੀਕਾ 'ਚ ਮੈਂ ਨਹੀਂ ਆਇਆ, ਅਤੇ ਉਹ ਦੋਸਤ ਗਏ ਸੀਗੇ, ਉਹ ਰਸ਼ੀਦ ਦਾ ਭਾਈ ਗਿਆ ਸੀਗਾ ਅਮੈਰੀਕਾ 'ਚ, ਉਹ ਆ ਗਿਆ। ਉਹ ਇੱਕ ਅਰਸ਼ਦ ਹੁੰਦਾ ਸੀ ਡਾਕੀਆਂ ਦਾ, ਪਤਾ ਸੀ ਤੁਹਾਨੂੰ ਅਰਸ਼ਦ ਦਾ? ਉਹ ਆਪਣੇ ਨਾਲ ਕੇ ਕਬਾਲਾਂ ਪੜ੍ਹਦੀ ਹੁੰਦੀ ਸੀ, ਕਬਾਲਾਂ ਲੜਕੀ, ਯਾਦ ਆ ਤੁਹਾਨੂੰ? ਉਹ ਅਕਬਾਲਾਂ ਸੀ, ਜੈਲਦਾਰਾਂ ਸੀ, ਆਪਾਂ ਚੌਥੀ ਜਮਾਤ ਦੇ ਵਿੱਚ, ਅਕਬਾਲਾਂ ਆਪਣੇ ਨਾਲ ਸੀ, ਕਲਸੂਮ ਆਪਣੇ ਨਾਲ ਸੀ, ਅਤੇ ਉਹ 3-4 ਬੱਚੀਆਂ ਸੀਗੀਆਂ ਆਪਣੇ ਨਾਲ ਪੜ੍ਹਦੀਆਂ, ਮਾਸਟਰ ਸਰਦਾਰ ਅਲੀ ਆਪਾਂ ਨੂੰ ਪੜ੍ਹਾਉਂਦਾ ਹੁੰਦਾ ਸੀ। ਉਹ ਸ਼ੇਖ ਸਾਹਿਬ ਸੀ ਨਾ 58 ਦੇ, ਹਾਂ ਹੁਣ ਯਾਦ ਆਇਆ ਜੀ ਉਹ ਵਕਤ, ਉਹ ਗੱਲਾਂ ਅੱਜ ਵੀ ਮੇਰੇ ਦਿਮਾਗ 'ਚ ਮੰਡਲਾ ਰਹੀਆਂ, ਉਹ ਨਕਸ਼ਾ ਬਿਲਕੁਲ ਐਨ ਸਾਹਮਣੇ ਆ, ਜਿੱਦਾਂ ਅੱਜ ਅਸੀਂ ਪੜ੍ਹਦੇ ਹੁੰਦੇ ਹਾਂ, ਅੱਜ ਤੁਹਾਡੇ ਨਾਲ ਗੱਲ ਹੋਈ ਆ, ਦਿਲ ਬੜਾ ਖੁਸ਼ ਹੋਇਆ, ਬਹੁਤ ਖੁਸ਼ ਹੋਇਆ ਦਿਲ।
ਦਾਵਤ ਦੋ ਨਾ ਪਾਕਿਸਤਾਨ ਆਉਣ ਬਿਲਕੁਲ ਜੀ ਇੰਦਰਜੀਤ ਜੀ ਹਰ ਵੇਲੇ ਮੇਰੇ ਕੋਲ ਬੈਠੇ ਆ ਦੋਨੇ ਇੱਕ ਸੱਜੇ ਬੈਠਾ ਖੱਬੇ ਬੈਠਾ ਮੇਰੇ ਕੋਲ ਬੈਠੇ ਆ ਅਤੇ ਗੱਲਾਂ ਬਾਤਾਂ ਅਸੀਂ ਕਰ ਰਹੇ ਮੈਂ ਦਰਮਿਆਨ 'ਚ ਬੈਠਾ ਉਹਨਾਂ ਅਤੇ ਬੜੀ ਖੁਸ਼ੀ ਹੋਈ ਆ ਇਹਨਾਂ ਨੂੰ ਦੇਖ ਕੇ ਇਹਨਾਂ ਦੀਆਂ ਗੱਲਾਂ ਸੁਣ ਕੇ ਬੜੀ ਖੁਸ਼ੀ ਆ ਦਿਲ ਬਾਗ ਬਾਗ ਹੋ ਗਿਆ ਗੁੰਚਾ ਸੀ ਅਤੇ ਖਿਲ ਗਿਆ ਬੱਲੇ ਜੀ ਬੱਲੇ ਗੁੰਚਾ ਇਹ ਦਿਲ ਖਿਲ ਗਿਆ ਬਸ ਉਹ ਗੱਲ ਫਿਰ ਹੋ ਗਈ ਆ ਅਤੇ ਗੱਲ ਹੋ ਗਈ ਆ ਆਪਣੀ ਅਤੇ ਦਿਲ ਬਾਗ ਬਾਗ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਮੇਰਾ ਇੰਨਾ ਦਿਲ ਖੁਸ਼ ਹੋਇਆ ਗੁੰਚਾ ਸੀ ਜਾਣੀ ਕਲੀ ਸੀ ਪਹਿਲੇ ਅਤੇ ਹੁਣ ਗੱਲਾਂ ਸੁਣ ਕੇ ਕਰਕੇ ਦਿਲ ਜਿਹੜਾ ਖਿਲ ਗਿਆ ਖਿਲ ਗਿਆ ਗੁਲਾਬ ਦਾ ਫੁੱਲ ਜਿੱਦਾਂ ਆਉਂਦਾ ਉਦੋਂ ਖਿਲ ਗਿਆ ਹੋਰ ਸਿਹਤ ਦੇ ਮੁਤਲਕ ਸੁਣਾ ਸਿਹਤ ਕਿੱਦਾਂ ਵਾ ਬੜੀ ਗੱਲ ਆ ਬੜੀ ਗੱਲ ਆ ਜੀ ਬੜੀ ਗੱਲ ਆ ਉਹ ਤੁਹਾਡੀ ਗੱਲ ਬਜਾ ਵਾ ਠੀਕ ਆ ਮੈਂ ਆਪਣੀ ਸਿਹਤ ਬਦਲੇ ਆਪਣੇ ਖੇਤਾਂ 'ਚ ਚਲੇ ਜਾਂਦਾ ਪਿੰਡੋਂ ਇੱਕ ਮੁਰੱਬਾ ਹਟਮਾ ਤੁਹਾਨੂੰ ਪਤਾ ਹੀ ਆ ਉਹ ਆਪਣੀ ਜ਼ਮੀਨ ਸੀਗੀ ਮੈਂ ਉੱਥੇ ਚਲੇ ਜਾਂਦਾ ਅਤੇ ਆ ਜਾਂਦਾ ਉਹ ਚਾਰਾ ਲਿਆਉਂਦਾ ਵਾ ਮਾਲ ਲਈ ਥੋੜ੍ਹਾ ਜਿਹਾ ਕਮਰ ਦੇ ਪਿੱਛੇ ਰੱਖ ਕੇ ਤਾਂ ਕਿ ਵਜੂਦ ਨੂੰ ਪਸੀਨਾ ਆ ਜਾਵੇ ਮੇਰਾ ਘਰ ਪੈਰ ਚੱਲਦੇ ਰਹਿਣ ਸਿਹਤ ਸਹੀ ਰਹੇ ਹਾਂਜੀ ਅਤੇ ਸਭ ਤੋਂ ਵੱਡੀ ਗੱਲ ਜਿਹੜੀ ਸੀਗੀ ਉਹ ਇਹ ਸੀਗੀ ਕਿ ਮੈਂ ਬਿਲਕੁਲ ਐਨ ਜਟੀ ਹਾਂ ਅੱਜ ਤੱਕ ਮੈਂ ਜਟੀ ਹਾਂ ਆਪਣਾ ਹੱਕ ਤਾਂ ਹੱਕ ਹੀ ਹੁੰਦਾ ਨਾ ਉਸ ਤੋਂ ਬਾਅਦ ਮੈਂ ਬਿਲਕੁਲ ਅੱਜ ਤੱਕ ਮੈਂ ਜਟੀ ਹਾਂ ਅਤੇ ਜਟੀ ਹੋਣ ਦੀ ਵਜ੍ਹਾ ਨਾਲ ਬਿਲਕੁਲ ਮੇਰਾ ਵਜੂਦ ਵੀ ਸਹੀ ਆ ਆਪਣੇ ਬਸ ਦੇ ਵਿੱਚ ਆ ਚੱਲਦਾ ਫਿਰਦਾ ਵਾਂ ਆਵਾਜ਼ ਚੰਗੀ ਆ ਯਾਦਾਸ਼ਤ ਚੰਗੀ ਆ ਮੈਂ ਆਪਣੇ ਕਿਤਾਬਾਂ ਵੀ ਪੜ੍ਹਦਾ ਮੇਰੇ ਕੋਲ ਤਕਰੀਬਨ ਮੇਰੇ ਖਿਆਲ 70-80 ਕਿਤਾਬ ਪਈ ਆ ਆਪਣੀ ਦੀਨੀ ਫਲਸਫੀ ਉਹ ਹਿਕਮਤ ਦੀ ਯਾਨੀ ਕਿ ਸਾਰੀਆਂ ਵੀ ਕਵਰੇਜ ਹਰਨਾਮਦਾਸ ਦੀਆਂ ਲਿਖੀਆਂ ਕਿਤਾਬਾਂ ਪਈਆਂ ਕੋਕ ਸ਼ਾਸਤਰ ਦੀਆਂ ਕਿਤਾਬਾਂ ਪਈਆਂ ਬਾਕੀ ਦੀਨੀ ਕਿਤਾਬਾਂ ਪਈਆਂ ਅਤੇ ਉਹ ਆਪਣਾ ਮਸਾਲਾ ਉਹ ਦੀਨ ਦੇ ਹਿਸਾਬ ਨਾਲ ਫਲਸਫੇ ਦੀਆਂ ਕਿਤਾਬਾਂ ਪਈਆਂ ਉਹਨਾਂ ਦੀ ਮਸਾਲਾ ਕਿ ਨਜ਼ਰ ਅਜੇ ਤੱਕ ਹੁਣ ਕੋਈ ਨਜ਼ਰ ਨੂੰ ਫਰਕ ਪਿਆ ਵੈਸੇ ਮੈਂ ਬਿਲਕੁਲ ਤੈਨ ਸਹੀ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਹਾਂਜੀ ਹੋਰ ਤੁਸੀਂ ਜਣਾਓ ਸਿਹਤ ਕਿੱਦਾਂ ਸਿਹਤ ਤੁਹਾਡੀ ਤੇ ਉਹ ਤੁਸੀਂ ਮਨਸ਼ੇ ਨੂੰ ਜਾਣਦੇ ਨਾ ਮੁਹੰਮਦ ਮਨਸ਼ਾ ਸਲੀਮੀ ਆਪਾਂ ਤੋਂ ਅੱਗੇ ਸੀਗਾ ਆਪਣੇ ਤੋਂ ਹਾਂਜੀ ਹਾਂਜੀ ਉਹਦੇ ਭਤੀਜੇ ਦੇ ਘਰ ਬੈਠੇ ਹਾਂ ਅਸੀਂ ਉਹਦੇ ਬੈਠ ਕੇ ਵਿੱਚ ਬੈਠੇ ਹਾਂ ਮਨਸ਼ਾ ਇਲਮ ਦਾ ਸਮੁੰਦਰ ਸੀ ਇਲਮ ਦਾ ਸਮੁੰਦਰ ਸੀ ਮਨਸ਼ਾ ਮੈਂ ਫਲਸਫਾ ਉਹਨਾਂ ਕੋਲੋਂ ਪੜ੍ਹਿਆ ਹਾਲਾਂਕਿ ਮੇਰਾ ਬਰਾਦਰ ਭਾਈ ਸੀ ਮੇਰੇ ਤੋਂ ਵੱਡਾ ਸੀ ਮੈਂ ਫਲਸਫਾ ਉਹਨਾਂ ਕੋਲੋਂ ਪੜ੍ਹਿਆ ਹਾਂਜੀ 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 ਉਹ ਤਾਂ ਜੀ ਇੱਥੋਂ ਮਤਲਬ ਪ੍ਰੋਫੈਸਰ ਹੋ ਕੇ ਫਿਰ ਉਹ ਚਿਸ਼ਤੀਆਂ ਸੀਗੇ ਟੋਭੇ ਆ ਗਏ ਟੋਭਿਓ ਫੈਸਲਾਬਾਦ ਗਏ ਫੈਸਲਾਬਾਦ ਮੁਲਤਾਨ ਗਏ ਮੁਲਤਾਨੋਂ ਹਾਈ ਪ੍ਰਿੰਸੀਪਲ ਹੋ ਕੇ ਅਤੇ ਫਿਰ ਉਹਨਾਂ ਦਾ ਵਕਤ ਹੋਇਆ ਪ੍ਰਿੰਸੀਪਲ ਸੀ ਫਿਰ ਹਾਈ ਪ੍ਰਿੰਸੀਪਲ ਹੋਏ ਅਤੇ ਫਿਰ ਉਹਨਾਂ ਦਾ ਵਕਤ ਆਇਆ ਅਤੇ ਉਹ ਦੁਨੀਆਂ ਤੋਂ ਸਫ਼ਰ ਕਰ ਗਏ ਆਖਰ ਇੱਕ ਦਿਨ ਆਪਾਂ ਵੀ ਚਲੇ ਜਾਂਦੇ ਚੀਨੀ ਤੋਂ ਬਗੈਰ ਪੀ ਲਓ ਬਗੈਰ ਚੀਨੀ ਤੋਂ ਲੈ ਲਓ ਆ ਚੀਨੀ ਤੋਂ ਬਗੈਰ ਲਓ ਨਹੀਂ ਨਹੀਂ ਹੋਰ ਬਣਾਈ ਕਿਉਂ ਚੀਨੀ ਤੋਂ ਬਗੈਰ ਅੱਛਾ ਅਖਤਰ ਕੋਲ ਅੱਛਾ ਉਹ ਉੱਥੇ ਰਹੇ ਕੁਛ ਰਹੇ ਹਾਂ
ਹਾਂਜੀ 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 ਵਿਵਾਦ ਪਾ ਗਿਆ ਹਾਂਜੀ ਹਾਂਜੀ ਉਹਨਾਂ ਦੀ ਮਸ਼ੀਰਾ ਉਹਨਾਂ ਦੀ ਮਸ਼ੀਰਾ ਸੀਗੀ ਕਲਸੂਮ ਜਾਣਦੇ ਨਾ ਕਲਸੂਮ ਨੂੰ ਉਹ ਅਖਤਰ ਦੀ ਮਸ਼ੀਰਾ ਸੀਗੀ ਅਖਤਰ ਤੋਂ ਛੋਟੀ ਕਲਸੂਮ ਸੀ ਉਹਦਾ ਨਾਮ ਅਤੇ ਉਹ ਆਪਣੇ ਨਾਲ ਇੱਕ ਅਕਬਾਲਾ ਨਾਮੀ ਬੱਚੀ ਵੀ ਆਪਣੇ ਨਾਲ ਪੜ੍ਹੀ ਅਕਬਾਲਾ ਸਾਰੇ ਨਾਮ ਯਾਦ ਨੇ ਬੜੀ ਗੱਲ ਹੈ ਔਰ ਮੈਂ ਕਹਾਂਗਾ ਕਿ ਇਹਨਾਂ ਦੀ ਮੈਮੋਰੀ ਜਿਹੜੀ ਹੈ ਮਕਸੂਦਾ ਆਪਣੇ ਨਾਲ ਪੜ੍ਹੀ ਆ ਅਤੇ ਜਾਨੇ ਡਾਕੇ ਦੀ ਕਲਸੂਮ ਵੀ ਆਪਣੇ ਨਾਲ ਪੜ੍ਹੀ ਆ ਉਹ ਪੂਰੀ ਗੱਲ ਹੈ ਤੁਹਾਨੂੰ ਉਹ ਹਾਂਜੀ 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 ਬਸ ਉਹ ਹੀ ਉੱਥੇ ਕਲਸੂਮ ਦੀ ਗੱਲ ਆ ਉਹ ਆਪਣੀ ਕਲਾਸ ਫੈਲੋ ਦੀ ਆਪਣੇ ਨਾਲ ਪੜ੍ਹੀ ਆ ਉਹ ਵਕਤ ਮੁੜ ਕੇ ਨਹੀਂ ਆਉਣੇ ਜਿਹੜੇ ਉਹ ਵਕਤ ਆਪਣੇ ਗੁਜ਼ਰੇ ਆ ਨਾ ਉਹ ਮੁੜ ਕੇ ਨਹੀਂ ਆਉਣੇ ਇੱਕ ਇੱਕ ਕਲਾਸਮੇਟ ਦਾ ਬੈਚਮੇਟ ਦਾ ਪਤਾ ਕਿ ਵੀ ਕਿਹੜਾ ਕਿਹੜਾ ਸੀ ਹੈ ਕਿਹਦਾ ਕਿਹਦਾ ਸੀ ਹਾਂਜੀ ਬਚਪਨ ਦੀਆਂ ਯਾਦਾਂ ਸਾਰੀਆਂ ਯਾਦ ਆ ਗਈਆਂ ਉਹ ਜੀ ਉਹ ਰੀਲ ਫਿਰ ਰਹੀ ਆ ਅੱਖਾਂ ਦੇ ਸਾਹਮਣੇ ਰੀਲ ਜਿੱਦਾਂ ਫਿਲਮ ਨਹੀਂ ਚੱਲ ਰਹੀ ਹੁੰਦੀ ਉਹ ਪਿਛਲੇ ਜ਼ਮਾਨੇ ਦੀ ਰੀਲ ਚੱਲ ਰਹੀ ਆ ਉਹ ਗੱਲਾਂ ਹੋ ਰਹੀਆਂ ਦੋਸਤਾਂ ਦੀਆਂ ਆਪਸ ਵਿੱਚ ਅਤੇ ਉਹ ਵਕਤ ਯਾਦ ਆਇਆ ਜਿਹੜਾ ਕੱਚ ਤੋਂ 46-48 ਸਾਲ ਪਹਿਲੇ ਉਹ ਬਿਲਕੁਲ ਨਕਸ਼ਾ ਸਾਹਮਣੇ ਆ ਰਿਹਾ ਅਤੇ ਉਹ ਰੀਲ ਚੱਲ ਰਹੀ ਆ ਕਿ ਦੋਸਤ ਨਾਲ ਗੱਲ ਹੋ ਰਹੀ ਆ ਦਿਲ ਬਾਗ ਬਾਗ ਆ ਦਿਲ ਬੜਾ ਖੁਸ਼ ਆ ਬੜਾ ਖੁਸ਼ ਹੋਰ ਕੋਈ ਯਾਦਾਸ਼ਤ ਆਪਣੀ ਕੋਈ ਯਾਦਾਸ਼ਤ ਉਹਨਾਂ ਨੂੰ ਮੇਰਾ ਹੱਲ ਇੰਨੀ ਜ਼ਿਆਦਾ ਨਹੀਂ ਜਿੰਨੀ ਤੁਸੀਂ ਮਾਸ਼ਾਅੱਲਾ ਤੁਹਾਡੀ ਯਾਦਾਸ਼ਤ ਜ਼ਿਆਦਾ ਹੈ ਹਾਂਜੀ ਉਹ ਦੱਸ ਰਹੇ ਨੇ ਕਿ ਮੈਂ ਕਿਉਂ ਐਕਟਿਵ ਹਾਂ ਉਹ ਦੱਸ ਰਹੇ ਪੱਠਾ ਦੱਥਾ ਆਪ ਕਰਨਾ ਮੈਂ ਅਤੇ ਜਾਨਵਰ ਵਾਸਤੇ ਪੁੱਛਣਾ ਉਹ ਪੜ੍ਹ ਦਿੰਦੇ ਸੀ ਆਪਾਂ ਨੂੰ ਮਸਾਲਾ ਉਹ ਆਉਂਦਾ ਹੁੰਦਾ ਸੀਗਾ ਇੱਕ 8 ਜਣੀ ਜਾਂ 37 ਜਣੀ 10 ਜਣੀ ਇੱਕ ਪੰਡਿਤ ਆਉਂਦਾ ਹੁੰਦਾ ਸੀ ਯਾਦ ਆ ਨਾ ਤੁਹਾਨੂੰ ਅਤੇ ਉਹਨੇ ਆ ਕੇ ਮੂੰਗਫਲੀ ਖਿਲਾਰਨੀ ਕਦੇ ਮਖਾਣੇ ਸਿੱਟਣੇ ਅਤੇ ਆਪਾਂ ਫਿਰ ਸਾਰਿਆਂ ਨੂੰ ਚੁਗਣੇ ਅਤੇ ਖਾਣੇ ਰਲ ਮਿਲ ਕੇ ਉਹ ਵਕਤ ਯਾਦ ਹੈ ਤੁਹਾਨੂੰ ਨਾ ਉਹ ਉਹ ਵਕਤ ਯਾਦ ਆ ਅੱਜ ਵੀ ਮੈਨੂੰ ਉਹ ਵਕਤ ਯਾਦ ਆ ਉਹ ਹਰ ਹਰ ਲਮਹਾ ਜਿਹੜਾ ਸੀਗਾ ਐਨ ਮੇਰੀ ਅੱਖਾਂ ਦੇ ਸਾਹਮਣੇ ਬਿਲਕੁਲ ਯਾਦ ਹੋ ਹੋਰ ਮਾਸ਼ਾਅੱਲਾ 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 ਉਹ ਪਾਕ ਪਰਵਰਦੀਗਾਰ ਹਯਾਤੀ ਕਰੇ ਖੈਰ ਹੋਵੇ ਇੱਜ਼ਤ ਹੋਵੇ ਤੰਦਰੁਸਤੀ ਹੋਵੇ ਜਿੰਨਾ ਚਿਰ ਇੱਜ਼ਤ ਅਤੇ ਤੰਦਰੁਸਤੀ ਖੁਦਾ ਕਰੇ ਅਤੇ ਬੜੀ ਚੀਜ਼ ਆ ਬੜੀ ਚੀਜ਼ ਆ ਇੱਜ਼ਤ ਹੋਵੇ ਤੰਦਰੁਸਤੀ ਹੋਵੇ ਅਤੇ ਇਨਸਾਨ ਨੂੰ ਇਹੀ ਚੀਜ਼ਾਂ ਵਾ ਅਤੇ ਇਹ ਚੀਜ਼ਾਂ ਜਿਹੜੀਆਂ ਵਾ ਇੱਜ਼ਤ ਇਨਸਾਨ ਦੀ ਆ ਅਤੇ ਉਹ ਇਨਸਾਨ ਆ ਅਤੇ ਤੰਦਰੁਸਤੀ ਆ ਅਤੇ ਲੱਖ ਨਿਮਤ ਉਹ ਇੱਕ ਦਨਾ ਦਾ ਕੌਲ ਆ ਤੰਗ ਦਸਤੀ ਅਗਰ ਹੋ ਵੀ ਗਾ ਤੰਗ ਦਸਤੀ ਅਗਰ ਹੋ ਵੀ ਗਾਲਬ ਤੋ ਤੰਦਰੁਸਤੀ ਹਜ਼ਾਰ ਨਿਮਤ ਤੰਗ ਦਸਤੀ ਆ ਜਾਵੇ ਅਤੇ ਉਹ ਬੰਦਾ ਬਰਦਾਸ਼ਤ ਕਰ ਜਾਂਦਾ ਤੰਦਰੁਸਤੀ ਹੋਵੇ ਅਤੇ ਰੜੇ 'ਤੇ ਪਿਆ ਵਾ ਉਹਨੂੰ ਨੀਂਦ ਆ ਜਾਂਦੀ ਤੰਗ ਦਸਤੀ ਅਗਰ ਹੋ ਵੀ ਗਾਲਬ ਤੋ ਤੰਦਰੁਸਤੀ ਹਜ਼ਾਰ ਨਿਮਤ ਹੋਰ ਹੋਰ ਕੋਈ ਸੁਣਾ ਕੋਈ ਸ਼ੁਗਲੀ ਗੱਲ ਸੁਣਾ ਦਿਲ ਮੇਰਾ ਹੋਰ ਖੁਸ਼ ਹੋਵੇ ਉਸ ਉਮਰ 'ਚ ਜਾ ਰਹੇ ਹੋ ਨਾ ਤੁਸੀਂ ਉਹ ਆਪਾਂ ਕਲਾਸ ਪਹਿਲਾਂ ਇੱਕ ਦੂਜੇ ਨਾਲ ਉਹ ਗੱਲਾਂ ਕਰ ਜਾਣਦੇ ਹਾਂ ਜਿਹੜੀਆਂ ਉੱਚੀਆਂ ਨੀਵੀਆਂ ਸਾਰੀਆਂ ਕਰ ਲੈਂਦੇ ਹਾਂ ਕਲਾਸ ਪਹਿਲਾਂ ਹੈ ਨਾ ਕਲਾਸ ਪਹਿਲਾਂ ਹਾਂਜੀ ਹੋਰ
ਅੱਲਾਹ ਕਰੇ ਅੱਲਾਹ ਕਰੇ ਅੱਲਾਹ ਦਾ ਵੇਵ ਕਰੇ। ਹਾਂਜੀ ਥੈਂਕ ਯੂ ਜ਼ਹੀਰ, ਥੈਂਕ ਯੂ ਇੰਦਰਵੀਰ ਜੀ, ਤੁਸੀਂ ਮੁਸਲਸਲ ਵਾਚ ਕਰ ਰਹੇ ਹੋ, ਲਿਖ ਰਹੇ ਹੋ ਨਾਲ ਨਾਲ। ਅੱਲਾਹ ਜੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨ ਲੱਗਾ ਵੀ ਰੱਬ ਦੇਵੇ ਤੈਨੂੰ ਤਫੀਕ, ਉਮਰ ਦੇਵੇ ਦਰਾਜ ਹੋਵੇ ਉਮਰ, ਤੇ ਇੱਕ ਵਾਰੀ ਮੇਰੇ ਕੋਲ ਚੱਕਰ ਮਾਰ ਤੇ ਆ ਕੇ ਅਸੀਂ ਮਿਲ ਪਈਏ ਦੋਨੋਂ। ਦਾਵਤ ਦਿਓ ਆਉਣ ਦੀ, ਉਹ ਚੱਕਰ ਲਾਓ ਉੱਥੇ ਚੱਕਰ ਮੋੜ ਬਸ ਉਹ ਤੇ ਡੋਰੀ ਰੱਖ ਕੇ ਹੁੰਦਾ ਤੇ ਉਹੀ ਆ ਹੋਤਾ, ਉਹੀ ਆ ਮਨਜ਼ੂਰੇ ਖੁਦਾ ਹੋਤਾ, ਮੁੱਦਾ ਹੀ ਲਾਖ ਬੁਰਾ ਚਾਹੇ ਤੋ ਕਿਆ ਹੋਤਾ, ਹੋਤਾ ਉਹੀ ਆ ਜੋ ਮਨਜ਼ੂਰੇ ਖੁਦਾ ਹੋਤਾ। ਤੇ ਉਹ ਤੇ ਡੋਰੀ ਰੱਖ ਕੇ ਅਗਰ ਤੁਸੀਂ ਆ ਜਾਓ ਤੇ ਸਾਡਾ ਦਿਲ ਬਾਗ 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 ਬਣੂ। ਹਾਂਜੀ ਹਾਂਜੀ ਉਹ ਤੁਸੀਂ ਅੱਲਾਹ ਉਹ ਕਰੇ ਤਾਂ ਤੁਹਾਨੂੰ ਵਕਤ ਮਿਲੇ, ਪੰਜਾ ਸਾਹਿਬ ਆਉਣ, ਨਨਕਾਣਾ ਸਾਹਿਬ ਆਉਣ, ਅਤੇ ਉਹ ਜਦੋਂ ਤੁਸੀਂ ਇੱਥੇ ਆਪਣੇ ਉਹ ਬਜ਼ੁਰਗਾਂ ਦੇ ਆਉਣ ਤਾਂ ਤੁਸੀਂ ਜ਼ਰੂਰ ਮੇਰੇ ਕੋਲ ਆਉਣ। ਹਾਂਜੀ ਨਹੀਂ ਤੁਹਾਨੂੰ ਮੈਂ ਵਾਅਦਾ ਕਰਕੇ ਗਿਆ ਸੀ ਮੈਂ ਤੁਹਾਡੇ ਪਿੰਡ ਜ਼ਰੂਰ ਜਾਊਂਗਾ। ਹਾਂਜੀ ਮਾਮੂ ਦਾ ਖੇਤ ਅੱਛਾ ਅੱਛਾ ਜਾਂਗਲੀ ਸਨ ਮਾਮੂ ਜਾਂਗਲੀ ਉਹਨਾਂ ਦੇ ਖੇਤ ਸੀ ਉਹ। ਹਾਂਜੀ ਹਾਂਜੀ ਸੀਗੇ ਜੰਗਲੀ ਜਾਣਦੇ ਆ ਉਹ ਜੰਗਲੀ ਉਹ ਜਿਹਦੇ ਹਾਤੇ ਦੇ ਵਿੱਚੋਂ ਦੀ ਆਪਾਂ ਲੰਘ ਕੇ ਜਾਂਦੇ ਸੀਗੇ ਉਹ ਬਲਾਵਲਾ। ਹਾਂਜੀ ਉਹ ਬਲਾਵਲਾ ਬਹਿਣੀ ਵਾਲ ਸੀ ਜੰਗਲੀ ਉਹ ਖੂੰਜੇ ਤੇ ਬੈਠਾ ਸੀਗਾ ਸੁੰਦਰਗਿਆਂ ਦੇ ਘਰ ਦੇ ਸਾਹਮਣੇ ਯਾਦ ਹੈ ਨਾ ਤੁਹਾਨੂੰ। ਹਾਂਜੀ ਉਹ ਸੁੰਦਰਗਿਆਂ ਦੇ ਘਰ ਦੇ ਸਾਹਮਣੇ ਉਹ ਬਲਾਵਲਾ ਸੀ ਬੈਠਾ ਹੁੰਦਾ ਉਹਦਾ ਪੁੱਤ ਹੁੰਦਾ ਸੀ ਫਰੀਦ ਕਾਫੀ ਕੜੀਲ ਜਵਾਨ ਸੀਗਾ ਇੱਕ ਫਾਜ਼ਲ ਫਾਜ਼ਲ ਹੁੰਦਾ ਸੀਗਾ ਜੰਗਲੀ ਫਾਜ਼ਲੀ ਬੈਣੀਵਾਲ ਕੌਮ ਦਾ ਫਾਜ਼ਲੀ ਬੈਣੀਵਾਲ ਕੌਮ ਬੈਣੀਵਾਲ ਅਨਵਰ ਅੱਛਾ ਜਿੰਨਾ ਮਰਜ਼ੀ ਕਹਿ ਲਓ ਲੇਕਿਨ ਰੋਸ਼ਨੀ ਜਿਹੜੀ ਹੈ ਨਾ ਉਹ ਕਮਾਲ ਹੀ ਕਰੀ ਜਾਂਦੇ ਤੁਸੀਂ ਵੈਸੇ। ਅੱਛਾ ਅਨਵਰ ਦਾ ਵਿਆਹ ਪਾਪਾ ਹੀ ਨਾ ਕਰਾਇਆ ਸੀ। ਅੱਛਾ ਅੱਛਾ ਤੁਹਾਡਾ ਜਿਹੜਾ ਘਰ ਤੁਸੀਂ ਰਹਿੰਦੇ ਕਿੱਥੇ ਹੁੰਦੇ ਸੀ ਚਾਚਾ ਜੀ ਇੱਥੇ ਪਿੰਡ ਚ? ਮਾਨਾ ਬਦਲ ਗਿਆ ਥੱਲੇ ਦੁਕਾਨ ਸੀ ਉੱਤੇ ਮਕਾਨ ਸੀ। ਅੱਛਾ ਓਕੇ ਜੀ ਅਸੀਂ ਪਹੁੰਚੇ ਸੀ 257 GB ਟੋਬਾ ਟੇਕ ਸਿੰਘ ਔਰ ਟੋਬਾ ਟੇਕ ਸਿੰਘ ਦੇ ਵਿੱਚ ਔਰ ਫਲੂਰ ਅੱਡੇ ਤੋਂ ਅਸੀਂ ਆਏ ਹੋਏ ਹਾਂ ਔਰ ਪਹੁੰਚੇ ਹਾਂ ਅਸੀਂ ਅੱਜ ਯਾਦਾਂ ਤਾਜ਼ੀਆਂ ਕਰਵਾ ਰਹੇ ਹਾਂ ਸਰਦਾਰ
ਸਰਦਾਰ ਮਿਹਰਬਾਨ ਸਿੰਘ ਰੋਮੀ ਔਰ ਉਹਨਾਂ ਦੇ ਗ੍ਰੈਂਡ ਪੇਰੈਂਟਸ ਜਿਹੜੇ ਕਿ ਬਿਲੋਂਗ ਕਰਦੇ ਸਨ 257 GB ਤੋਂ। ਮੈਂ ਕਹਾਂਗਾ ਕਿ ਹਮੇਸ਼ਾ ਤੋਂ ਹੀ ਤਕਰੀਬਨ ਮੇਰਾ ਸਫ਼ਰ ਜਿਹੜਾ 5 ਸਾਲ ਪਹਿਲੇ ਸ਼ੁਰੂ ਹੋਇਆ ਸੀ ਔਰ ਪਹਿਲੀ ਰਿਸਰਚ ਜਿਹੜੀ ਸੀ ਮੇਰੀ ਉਹ ਕਲੰਦਰਾਂ ਵਾਲੇ ਦੀ ਸੀ। ਕਲੰਦਰਾਂ ਵਾਲੇ ਤੋਂ ਮੈਂ ਸਫ਼ਰ ਸ਼ੁਰੂ ਕੀਤਾ ਸੀ ਔਰ ਫਿਰ ਸਿਆਲਕੋਟ, ਨਾਰੋਵਾਲ, ਸ਼ਕਰਗੜ੍ਹ, ਗੁਜਰਾਤ, ਰਾਵਲਪਿੰਡੀ, ਚਕਵਾਲ, ਮਰੀ, ਐਬਟਾਬਾਦ, ਹਜ਼ਾਰਾ, ਪਿਸ਼ਾਵਰ, ਜਮਰੋਦ ਦਾ ਬਾਰਡਰ ਔਰ ਮੈਂ ਕਹਾਂਗਾ ਕਿ ਖੁਸ਼ਹਾਲਗੜ੍ਹ ਤੋਂ ਲੈ ਕੇ ਮਖੜ ਤੋਂ ਹੁੰਦਾ ਹੋਇਆ ਡੇਰਾ ਜਾਤ, ਡੇਰਾ ਇਸਮਾਇਲ ਖਾਨ, ਡੇਰਾ ਗਾਜ਼ੀ ਖਾਨ ਔਰ ਇਹ ਸਾਰੀਆਂ ਜਿਹੜੇ ਡੇਰਾ ਜਾਤ ਮੁਕੰਮਲ ਕਰਦੇ ਹੋਏ ਲਾਹੌਰ ਔਰ ਸਾਰਾ ਬੂਰੇ ਵਾਲਾ ਔਰ ਮੰਡੀ ਬਾਬਰਦੀਨ ਔਰ ਇਹ ਸਾਰੇ ਏਰੀਏ ਜਿੰਨੇ ਵੀ ਨੇ ਉਹ ਤੁਸੀਂ ਅਗਰ ਤੁਸੀਂ ਦੇਖੋ ਕਿ ਉਸ ਜਗ੍ਹਾ ਦੇ ਉੱਤੋਂ ਹੁੰਦਾ ਹੋਇਆ ਕਿੰਨੀਆਂ ਲੋਕਾਂ ਦੀਆਂ ਜਿਹੜੀਆਂ ਪੇਨਫੁਲ ਸਟੋਰੀਜ਼ ਨੇ ਕਿੰਨੀਆਂ ਦੇਖੋ। ਇੱਕ ਹੋਰ ਸਫ਼ਰ ਉਹ ਵਾਲਾ ਸਫ਼ਰ ਜਿਹਦੇ ਮੁਤਲਕ ਮੈਂ ਗੱਲ ਕੀਤੀ ਸੀ ਕਿ ਤੁਹਾਨੂੰ ਹੁਣ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਖੁਦ ਵੀ ਬਰਦਾਸ਼ਤ ਨਹੀਂ ਹੁੰਦਾ, ਖੁਦ ਵੀ ਨਹੀਂ ਇਹ ਚੀਜ਼ਾਂ ਜਿਹੜੀਆਂ ਨੇ ਚੱਲੀਆਂ ਨਹੀਂ ਜਾਂਦੀਆਂ ਨੇ। ਕੀ ਕਰੇ ਇਨਸਾਨ ਹੈ, ਮਿੱਟੀ ਦਾ ਪੁਤਲਾ ਹੈ, ਕਿਸ ਵੇਲੇ ਇਹਦੇ 'ਚ ਰੂਹ ਨਿਕਲ ਜਾਵੇ, ਕਿਹੜੇ ਵੇਲੇ ਇਨਸਾਨ ਚਲਾ ਜਾਵੇ, ਕੋਈ ਪਤਾ ਤਾਂ ਚੱਲਦਾ ਨਹੀਂ ਹੈ ਕਿਸੇ ਦਾ ਵੀ। ਬਰਕੈਫ ਮੇਰੇ ਦੋਸਤ ਸਰਦਾਰ ਮਿਹਰਬਾਨ ਸਿੰਘ ਰੋਮੀ ਜੀ ਆਪਣੇ ਚਾਚਾ ਜੀ ਜਿਹੜੇ ਨੇ ਉਹਨਾਂ ਦੀ ਗੱਲ ਕਰਵਾ ਰਹੇ ਨੇ ਆਪਣੇ ਬਚਪਨ ਦੇ ਹਾੜੀ ਦੇ ਨਾਲ। ਕਿਆ ਬਾਤ ਹੈ, ਇਹ ਤੀਸਰਾ ਮਿਲਾਪ ਹੋ ਗਿਆ ਜੀ ਔਰ ਜਿੱਥੇ ਆ ਕੇ ਕਹਿੰਦੇ ਨੇ ਕਿ ਇਨਸਾਨੀਅਤ ਜਿੱਤ ਜਾਂਦੀ ਹੈ, ਇਨਸਾਨੀਅਤ ਜਿੱਤ ਜਾਂਦੀ ਹੈ ਔਰ ਨਫ਼ਰਤਾਂ ਖਤਮ ਹੋ ਜਾਂਦੀਆਂ ਨੇ। ਆਓ ਫਿਰ ਇੱਕ ਵਾਰੀ ਇਰਾਦਾ ਕਰੀਏ, ਇੱਕ ਵਾਰੀ ਇਰਾਦਾ ਕਰੀਏ ਦਿਲ ਦੇ ਵਿੱਚ ਕਿ ਤੂੰ ਕਿਉਂ ਢਾਵੇਂ ਮੇਰੀ ਮਸੀਤ ਨੂੰ, ਤੂੰ ਕਿਉਂ ਢਾਵੇਂ ਮੇਰੀ ਮਸੀਤ ਨੂੰ, ਮੈਂ ਕਿਉਂ ਢਾਵਾਂ ਤੇਰੇ ਮੰਦਰ ਨੂੰ, ਮੈਂ ਕਿਉਂ ਢਾਵਾਂ ਤੇਰੇ ਗੁਰਦੁਆਰੇ ਨੂੰ। ਅਤੇ ਇਸ ਤੋਂ ਬਿਹਤਰ ਹੈ ਕਿ ਆ ਜਾ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰਾਂ ਨੂੰ। ਅਤੇ ਗੱਲ ਇਹ ਵੀ ਕਿ ਇੱਕ ਦੂਜੇ ਨੂੰ ਪੜ੍ਹਨ ਦੀ ਲੋੜ ਹੈ, ਇੱਕ ਦੂਜੇ ਨੂੰ ਸਮਝਣ ਦੀ ਲੋੜ ਹੈ। ਅੱਜ ਵਕਤ ਜਿਹੜਾ ਉਹ ਨਹੀਂ ਹੈ, ਉਹ ਨਫ਼ਰਤਾਂ, ਉਹ ਲੜਾਈਆਂ, ਉਹ ਜੰਗਾਂ, ਉਹਨਾਂ ਤੋਂ ਕੀ ਘਟਿਆ ਕੋਈ ਦੱਸੇ, ਕਿਉਂਕਿ ਕਿਸੇ ਨੂੰ, ਕਿਸੇ ਕੌਮ ਨੂੰ ਫਾਇਦਾ ਹੋਇਆ? ਕੱਲ੍ਹ ਵੀ ਪੰਜਾਬੀਆਂ ਦਾ ਨੁਕਸਾਨ ਸੀ, ਅੱਜ ਵੀ ਪੰਜਾਬੀਆਂ ਦਾ ਨੁਕਸਾਨ ਹੈ। ਜਿਹੜੀ ਮੈਂ ਕਲਚਰ ਐਂਡ ਹੈਰੀਟੇਜ ਔਰ ਵਿਰਾਸਤ ਜਾਂ ਵਿਛੜੇ ਪੰਜਾਬ ਦੀ ਗੱਲ ਕਰਨਾ ਵਾਂ, ਜਿਹੜੇ ਮੇਰੇ 18 ਪ੍ਰੋਗਰਾਮ ਲਾਈਵ ਚੱਲੇ ਨੇ ਕੈਨੇਡਾ ਤੋਂ, ਉਹ ਇਹੀ ਸੀ ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ। ਉਹ ਸਾਂਝੀ ਵਿਰਾਸਤ ਕੀ ਸੀ? ਉਹ ਇਹੀ ਸੀ ਕਿ ਸਾਡਾ ਜਿਹੜਾ ਆਪਸ ਦੇ ਵਿੱਚ ਇੱਕ ਪਿਆਰ ਸੀ ਉਹਨੂੰ ਤੋੜ ਦਿੱਤਾ ਗਿਆ। ਪਹਿਲੇ ਤਾਂ ਸਾਡੀ ਬੈਠਕ ਖਤਮ ਕੀਤੀ ਗਈ, ਸਾਡਾ ਚੁਪਾਲ ਖਤਮ ਕੀਤਾ ਗਿਆ, ਸਾਡੀਆਂ ਸ਼ਾਮ ਦੀਆਂ ਬਾਤਾਂ ਖਤਮ ਕੀਤੀਆਂ ਗਈਆਂ, ਸਾਡੀਆਂ ਢੋਲਕੀਆਂ ਖਤਮ ਕੀਤੀਆਂ ਗਈਆਂ, ਸਾਡੇ ਭੰਗੜੇ ਖਤਮ ਕੀਤੇ ਗਏ, ਸਾਨੂੰ ਹਰ ਪਾਸੋਂ ਲਿਆ ਕੇ ਮਗਰਬ ਤੋਂ ਵੈਸਟ ਸਾਈਡ ਦੇ ਉੱਤੋਂ ਜਿਹੜੀ ਹਵਾ ਆਈ ਹੈ ਉਹਨੇ ਪੰਜਾਬੀਆਤ ਦੀ ਲੱਤ ਤੋੜ ਦਿੱਤੀ, ਬਾਂਹ ਤੋੜ ਦਿੱਤੀ, ਅਖੀਰ ਆਖਰੀ ਸਾਹ ਲੈ ਰਹੀ ਹੈ। ਮੈਂ ਕਹਾਂਗਾ ਕਿ ਰੱਬ ਸੋਹਣਾ ਪੰਜਾਬੀ ਮਾਂ ਪੰਜਾਬੀ ਨੂੰ, ਮਾਂ ਬੋਲੀ ਦੀ ਪੰਜਾਬੀ ਨੂੰ, 18 ਲਹਿਜਿਆਂ ਨੂੰ ਜਿਹੜੇ ਕਿ ਪਾਕਿਸਤਾਨ ਦੇ ਅੰਦਰ ਵੱਸਦੇ ਨੇ, ਖਾਨੇਵਾਲ ਤੋਂ ਸ਼ੁਰੂ ਹੋ ਕੇ ਅਤੇ ਜਾਂਦੀ ਹੈ ਮਾਨਸੇਰੇ ਤੱਕ, ਮੇਰੀ ਮਾਂ ਬੋਲੀ ਪੰਜਾਬੀ ਜਿਹਦੇ 18 ਡਾਇਲੈਕਟ ਦੀ ਚਰਚਾ ਕਰਨ ਵਾਸਤੇ ਮੈਂ ਦੁਨੀਆ ਦੇ ਕੋਨੇ 'ਚ ਗਿਆ, ਬੜੀ ਤਕਲੀਫ ਹੁੰਦੀ ਹੈ, ਬੜਾ ਕੁਛ ਹੁੰਦਾ, ਲੇਕਿਨ ਫਿਰ ਕਹਾਂਗਾ ਕਿ ਬਹੁਤ ਗੱਲਾਂ ਅਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਡੇ ਉਹਦੇ 'ਚ ਆਪਣੇ ਵੱਸ 'ਚ ਨਹੀਂ ਹੁੰਦੀਆਂ। ਰੱਬ ਰਾਖਾ ਜੀ, ਵੱਸ ਚੱਲੇ ਤਾਂ ਸਾਰਾ ਕੁਛ ਕਰਾਂ, ਵੱਸ ਨਾ ਚੱਲੇ ਤਾਂ ਮੈਂ ਕੀ ਕਰਾਂ। ਪਿਆਰ ਭਰਾ ਆਦਾਬ।